ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੰਦੀਪ ਹੁਣ ਪਹੁੰਚਾ ਹਨੂਮਾਨਗੜ੍ਹ ਅੱਸੋ ਮੇਲੇ 'ਚ। ਜਿਹੜੇ ਤੁਸੀਂ ਦੋ ਘੋੜੇ ਦੇਖ ਰਹੇ ਹੋ, ਘੋੜੇ ਕੀ ਨਗੀਨੇ ਹੀ ਆ ਜੀ, ਬਲੈਕ ਮੰਨ ਲਓ ਤੁਸੀਂ, ਬਲੈਕ ਨਗੀਨੇ ਹੀ ਹੈ ਅਤੇ ਹਾਈਟ 64 ਅਤੇ 65 ਹਾਈਟ ਦੇ ਬਾਹਲੇ ਚੰਗੇ ਚੀਜ਼ ਹੈ। ਅਤੇ ਗੱਲਬਾਤ ਕਰਾਂਗੇ ਆਪਾਂ ਇਹਨਾਂ ਦੇ ਬਾਰੇ ਪੂਰੀ, ਜਿਹੜੇ ਆਪਣੇ ਨਾਲ ਚਾਚਾ ਜੀ ਹੈ ਉਹਨਾਂ ਨਾਲ। ਚਾਚਾ ਤੁਸੀਂ ਪਹਿਲੇ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਹੈ ਅਤੇ ਤੁਸੀਂ ਕਿੱਥੋਂ? ਆਪਾਂ ਮਤਲਬ ਰੋਪੜ ਡਿਸਟ੍ਰਿਕਟ ਤੋਂ ਆਏ ਹਾਂ। ਠੀਕ ਹੈ ਜੀ। ਕਿੰਨੇ ਪਸ਼ੂ ਲੈ ਕੇ ਆਏ ਹੋ ਇੱਥੇ, ਕਿੰਨੇ ਨਗ ਲੈ ਕੇ ਆਏ ਹੋ? ਮੈਂ ਇੱਥੇ 2 ਲੈ ਕੇ ਆਇਆ ਜੀ। ਠੀਕ ਹੈ। ਹਾਂਜੀ। ਅਤੇ ਇਹ ਜਿਹੜੀ ਆਪਾਂ ਗੱਲਬਾਤ ਕਰੀਏ, ਪਹਿਲੇ 65 ਇੰਚ ਵਾਲੇ, ਜਿਵੇਂ ਤੁਸੀਂ ਹਾਈਟ ਲਿਖ ਰੱਖਿਆ ਵੀ 65 ਇੰਚ ਹਾਈਟ ਹੈ ਇਹਦੀ। ਹਾਂ, ਇਹ ਹੈ 4 ਦੰਦ ਵਛੇਰਾ ਹੈ, ਮੱਝੂ ਕੀ ਲੈਣ ਦਾ। ਠੀਕ ਹੈ। ਇਹਦੀ ਮਦਰ ਵੀ ਜਿਹੜੀ ਸੀ ਉਹ ਵੀ ਮੱਝੂ ਕੀ ਲੈਣ ਦੀ ਸੀ, ਬਾਪ ਵੀ ਮੱਝੂ ਕੀ ਲੈਣ ਦਾ ਸੀ, ਬਾਜਕੋੜਾ। ਠੀਕ ਹੈ। ਇਹ ਉਹਦਾ ਪੁੱਤਰ ਹੈ, ਇਹਦਾ ਨਾਮ ਵੀ ਬਾਜ ਰੱਖਾ ਹੋਇਆ ਹੈ। ਠੀਕ ਹੈ। ਤੇ ਹੁਣ ਆਪਾਂ ਜੇ ਗੱਲਬਾਤ ਕਰੀਏ ਇਹਦੀ ਉਮਰ ਦੀ, ਤਾਂ ਉਮਰ ਕਿੰਨੀ ਹੈ? ਉਮਰ ਇਹਦੀ 4 ਸਾਲ ਹੋ ਗਈ ਹੈ। 4 ਸਾਲ ਹੋ ਗਈ ਹਲੇ, ਮਤਲਬ ਹਾਈਟ ਹੋਰ ਕਰੂਗਾ। ਹਾਂ, ਹਾਈਟ ਮਤਲਬ 2-2.5 ਇੰਚ ਜੇ ਹੋਰ ਲਊਗਾ। ਹੁਣ ਅੱਜ ਦੀ ਤਰੀਕ ਇਹਦੀ 65 ਪਲੱਸ ਹੈ ਜਾਂ ਪੂਰੀ 65 ਹੈ? ਪੂਰੀ 65 ਹੈ। ਪੂਰੀ 65 ਹੈ। ਹਾਂਜੀ। ਤੇ ਹੁਣ ਆਪਾਂ ਜੇ ਗੱਲਬਾਤ ਕਰੀਏ ਛੋਟੇ ਦੀ, ਹਾਂ ਇਹ ਉਮਰ 'ਚ ਵੱਡਾ ਇਹਦੇ ਨਾਲੋਂ। ਅੱਛਾ, ਉਮਰ 'ਤੇ ਵੱਡਾ ਹੈ। ਹਾਂਜੀ। ਇਹ ਕਿੰਨੇ ਦਾ ਹੈ, ਕਿਹੜੀ ਲਾਈਨ ਦਾ ਹੈ? ਇਹ ਅਲੀਸ਼ਾਨ ਹੋਇਆ, ਰਾਜਸਥਾਨ 'ਚ ਜਿਹਦਾ ਘੋੜਾ ਹੋਇਆ। ਠੀਕ ਹੈ। ਉਹਦਾ ਡਾਇਰੈਕਟ ਪੁੱਤਰ ਹੈ। ਠੀਕ ਹੈ। ਇਹ 64 ਹੈ। ਇਹ 64 ਹੈ। ਹਾਂਜੀ। ਇਹਦੀ ਉਮਰ ਕਿੰਨੀ ਹੈ? ਇਹ 6.5 ਸਾਲ ਦਾ ਹੋ ਚੁੱਕਾ ਹੈ। ਠੀਕ ਹੈ। ਤੇ ਇਹਦੀ ਮਦਰ ਲਾਈਨ ਕਿਹੜੀ ਹੈ? ਮਦਰ ਲਾਈਨ ਵੀ ਮੰਨ ਲਓ, ਹੁਣ ਮੈਨੂੰ ਸਟੱਡ ਫਾਰਮ ਜੋ ਖਰੀਦਿਆ ਸੀ, ਮੈਂ ਸਟੱਡ ਫਾਰਮ ਬਣਾਇਆ। ਠੀਕ ਹੈ। ਉਹਨਾਂ ਕਿਹਾ ਸੀ ਮਤਲਬ ਡਾਇਰੈਕਟ ਉਹਦਾ ਪੁੱਤਰ ਹੈ, ਵੀ ਆਪਾਂ ਜੇ ਨਾ ਹੋਵੇ ਤਾਂ ਮੰਨ ਲਓ ਸਾਰਾ ਪੈਸਾ ਵਾਪਸ ਕਰ ਸਕਦੇ ਹਾਂ ਤੁਹਾਨੂੰ। ਠੀਕ ਹੈ। ਤੇ ਮਦਰ ਵੀ ਇਹਦੀ ਅੱਛੀ ਸੀ, ਉਹਨਾਂ ਦੱਸੀ ਸੀ, ਹੁਣ ਮੈਨੂੰ ਮੰਨ ਲਓ ਕਾਫੀ ਦੇਰ ਹੋ ਗਈ, ਨਾਮ ਯਾਦ ਨਹੀਂ ਰਿਹਾ ਉਹਦਾ। ਠੀਕ ਹੈ, ਮੈਂ ਭੁੱਲ ਗਿਆ। ਠੀਕ ਹੈ। ਬਾਕੀ ਮੰਨ ਲਓ ਅੱਛੀ ਲੈਣ ਦਾ ਘੋੜਾ ਹੈ। ਤੇ ਇਸ ਮੇਲੇ 'ਚ ਤੁਸੀਂ ਆਏ ਹੋ, ਇਹਨਾਂ ਨੂੰ ਸੈਲ ਕਰਨ ਵਾਸਤੇ ਲੈ ਕੇ ਆਏ ਹੋ ਜਾਂ ਦਿਖਾਉਣ ਲਈ ਲੈ ਆਏ ਹੋ? ਮੰਨ ਲਓ ਆਹ ਜਿਹੜਾ ਅਲੀਸ਼ਾਨ, ਇਹ ਮੈਂ ਸੇਲ ਕਰਨ ਵਾਸਤੇ ਲਿਆਇਆ। ਠੀਕ ਹੈ। ਇਹਦਾ ਤਾਂ ਕੋਈ ਇੰਨਾ ਮੈਨੂੰ ਜ਼ਰੂਰੀ ਨਹੀਂ ਹੈ ਸੇਲ ਕਰਨਾ, ਇਹਦਾ ਤਾਂ ਕੋਈ ਅੱਛਾ ਰੇਟ ਦੇਗਾ ਤਾਂ ਫਿਰ ਦੇਵੇ। ਠੀਕ ਹੈ। ਇਹਦੇ ਮੱਥੇ 'ਤੇ ਜਿਹੜਾ ਤਿਲਕ ਮੰਨ ਲਓ ਭਗਵਾਨ ਵੱਲੋਂ ਬਣਿਆ ਹੋਇਆ। ਠੀਕ ਹੈ। ਦੇਖੋ ਕਿੱਦਾਂ ਜਿੱਦਾਂ ਅੰਗੂਠੇ ਨਾਲ ਤਿਲਕ ਲਾਇਆ ਹੁੰਦਾ। ਜੀ ਜੀ, ਵਾਈਟ ਕਲਰ ਦਾ, ਬਹੁਤ ਸੋਹਣਾ ਹੈ, ਬਹੁਤ ਸੋਹਣਾ ਹੈ। ਤੇ 2 ਪੌਂ ਚਿੱਟੇ ਨੇ ਇਹਦੇ। ਠੀਕ ਹੈ। ਮੰਨ ਲਓ ਇਹਦੀ ਆਪਣਾ ਲੰਬਾ ਹੈ, ਇਹਦੇ ਆਪਣੇ ਮੰਨ ਲਓ ਸਟੱਡੀ, ਦੇਖੋ ਕਿਵੇਂ ਹਟਦਾ। ਠੀਕ ਹੈ। ਹਾਂ, ਇਹਦੀ ਮੰਨ ਲਓ ਆਪਣਾ ਹੀ ਹੈ ਬਹੁਤ। ਤੇ ਜੇ ਸੈਲ ਕਰਨਾ ਹੋਵੇ, ਗੱਲਬਾਤ ਕਰਨੀ ਹੋਵੇ, ਤੇ ਇਹੀ ਨੰਬਰ ਹੈ ਜਿਹੜੇ ਹੁਣ ਸਕਰੀਨ ਤੇ ਦੇਖ ਰਹੇ ਆਪਾਂ, 7773-84-564 ਇਸ ਨੰਬਰਾਂ ਤੇ ਬੰਦਾ ਸੰਪਰਕ ਕਰ ਸਕਦਾ। ਹਾਂਜੀ। ਤੇ ਵੱਧ ਜਾਣਕਾਰੀ ਵੀ ਲੈ ਸਕਦਾ, ਮੁੱਲ ਮੁੱਲ ਦੀ ਜਿਹੜੀ ਵੀ ਹੋਊਗੀ, ਐਡਰੈਸ ਲੋਕੇਸ਼ਨ ਹੈ। ਹਾਂਜੀ। ਆਪਣੇ ਕੋਲੇ ਕਿੰਨੀ ਘੋੜੀਆਂ ਨੇ, ਕਿੰਨੇ ਘੋੜੇ ਨੇ ਸਾਰੇ? ਘੋੜੀਆਂ ਸੀ ਮੇਰੇ ਕੋਲ 4-5 ਘੋੜੀਆਂ, ਮੈਂ ਸੇਲ ਕਰ ਚੁੱਕਾ। ਠੀਕ ਹੈ। ਤੇ ਹੁਣ 2 ਘੋੜੇ ਰਹੇ, ਹੁਣ ਘੋੜੇ ਮੇਰੇ ਕੋਲ 4 ਹੈ, 2 ਕਰੇ ਆ। 2 ਸੈਲ ਕਰਨੇ, ਸਾਰੇ ਸੈਲ ਨਹੀਂ ਕਰਨੇ? ਹਾਂ, ਮੰਨ ਲਓ 2 ਕਰਾਂਗੇ। ਠੀਕ ਹੈ। ਫਿਰ ਅਜੇ 1-2 ਅਜੇ ਰੱਖਾਂਗੇ, ਬਾਕੀ ਫਿਰ ਆਸਤੇ ਆਸਤੇ ਦੇਖਾਂਗੇ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਮੈਂ ਗੱਲਬਾਤ ਕਰਦੇ ਕਰਦੇ ਇਹ ਗੱਲ ਜ਼ਰੂਰੀ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਨੂੰ ਘੋੜੀ ਲੈਣੀ ਹੈ, ਘੋੜਾ ਲੈਣਾ ਹੈ, ਹੁਣ ਮੌਕੇ ਦੇ ਘੋੜੇ ਤਿਆਰ ਖੜੇ ਹੈ। ਹਾਂਜੀ। ਤੇ ਚੰਗੀ ਹਾਈਟ ਹੈ, 64-65 ਪਲੱਸ ਵਾਲੇ ਖੜੇ ਹੈ। ਤੇ ਕਲਰ ਦੀ ਗੱਲ ਕਰੀਏ ਤਾਂ ਉਹ ਵੀ ਚੰਗਾ ਸੋਹਣਾ ਜੈੱਡ ਬਲੈਕ, ਬਹੁਤ ਸੋਹਣਾ ਕਲਰ ਹੈ। ਜੇ ਕਿਸੇ ਭਰਾ ਨੂੰ ਲੈਣਾ ਹੋਵੇ ਤੇ ਸੰਪਰਕ ਕਰ ਸਕਦੇ ਹੋ, ਨੰਬਰ ਬੜੀ ਉੱਪਰ ਧੌਣ ਚੱਕ ਕੇ ਖੜਦਾ ਹੈ, ਬਹੁਤ ਸੋਹਣਾ ਜੀ, ਬਹੁਤ ਨਗੀਨਾ ਹੀ ਦੱਸਿਆ ਨਾ ਮੈਂ, ਤਾਂ ਹੀ ਤਾਂ ਵੀਡੀਓ ਬਣਾਈ ਆਪਾਂ। ਹਾਂਜੀ। ਤੇ ਬਹੁਤ ਸੋਹਣੀ ਹੈ ਜੀ, ਤੁਸੀਂ ਹੁਣ ਕੁਆਲਿਟੀ ਦੇਖੋ, ਬਹੁਤ ਸ਼ਾਨਦਾਰ। ਦੇਖੋ ਜੀ, ਬਾਕੀ ਜਿਹੜਾ ਬੰਦਾ ਘੋੜੇ ਲੈਣ ਦਾ ਇੱਛੁਕ ਹੁੰਦਾ, ਜਿਹਨੂੰ ਨੋਲੇਜ ਹੁੰਦਾ, ਉਹ ਤਾਂ 10 ਸੈਕਿੰਡਾਂ 'ਚ ਪਛਾਣ ਕਰ ਲੈਂਦਾ। ਬਿਲਕੁਲ ਜੀ। ਤੇ ਮੇਰਾ ਵੜਗਾ ਜੇ ਕੋਈ ਨਾੜੀ ਹੋਇਆ ਤਾਂ ਭਾਵੇਂ 4 ਘੰਟੇ ਸਾਹਮਣੇ ਬੈਠਾ ਹੋਵੇ, ਖੜਾ ਹੋਵੇ, ਤਾਂ ਵੀ ਕੋਈ ਚੱਕਰ ਨਹੀਂ ਹੁੰਦਾ। ਹਾਂਜੀ ਹਾਂਜੀ। ਠੀਕ ਹੈ ਜੀ।